ਸਤਿ ਸ਼੍ਰੀ ਅਕਾਲ ਜੀ, ਮੈਂ ਦਿਲ ਖੁਸ਼। ਅੱਜ ਅਸੀਂ ਆਮ ਆਦਮੀ ਪਾਰਟੀ ਲਈ ਵੋਟਾਂ ਮੰਗਣ ਵਾਸਤੇ ਆਏ ਹੋਏ ਹਾਂ ਪਿੰਡਾਂ ਵਿੱਚ। ਇਹ ਪਿੰਡ ਜਿਹੜਾ ਹੈ ਮੇਗਾ, ਇਹਦਾ ਨਾਮ ਹੈ ਮੇਗਾ ਪੰਜ ਗ੍ਰਾਈ। ਮੇਗਾ ਪੰਜ ਗ੍ਰਾਈ ਦੇ ਵਿੱਚ ਅਸੀਂ ਆਏ ਹਾਂ। ਬਿਲਕੁਲ ਬਾਰਡਰ ਪੱਟੀ ਦਾ ਪਿੰਡ ਹੈ, ਬਾਰਡਰ ਤੇ ਪਿੰਡ ਹੈ। ਸਿਰਫ ਤਾਰ ਤੋਂ ਸ਼ਾਇਦ ਅੱਧਾ ਕਿਲੋਮੀਟਰ ਦੂਰ ਇਹ ਪਿੰਡ ਹੈ ਤੇ ਇੱਥੇ ਅਸੀਂ ਆਏ ਹਾਂ। ਇੱਕ ਘਰ ਵਿੱਚ ਇੱਥੇ ਮਾਤਾ ਰਹਿੰਦੇ ਨੇ, ਪਰਿਵਾਰ ਰਹਿੰਦਾ। ਬਹੁਤ ਹੀ ਮਾੜੀ ਹਾਲਤ ਦਾ ਘਰ ਹੈ। ਪਤਾ ਨਹੀਂ ਸਰਕਾਰ ਕਿਹੜਾ ਵਿਕਾਸ ਕਹਿ ਰਹੀ ਕਿ ਅਸੀਂ ਵਿਕਾਸ ਕੀਤਾ ਹੈ। ਔਰ ਹੁਣ ਜਦੋਂ ਵੋਟਾਂ ਦਾ ਟਾਈਮ ਆਇਆ ਤੇ ਆ ਕੇ ਅਕਾਲੀ ਕਾਂਗਰਸੀ ਇੱਥੇ ਲਾਲਚ ਦਿੰਦੇ ਨੇ ਪੈਸਿਆਂ ਦਾ, ਅਸੀਂ ਤੁਹਾਡਾ ਇਹ ਕੀਤਾ ਇਹ ਕੀਤਾ। ਔਰ ਮੈਂ ਇਹ ਦਿਖਾਉਣਾ ਚਾਹੁੰਦਾ, ਮੈਂ ਤੁਹਾਡੀ ਗੱਲ ਵੀ ਕਰਾਉਣਾ ਮਾਤਾ ਜੀ ਨਾਲ ਕਿ ਇਸ ਘਰ ਦੀ ਪੋਜੀਸ਼ਨ ਕੀ ਹੈ। ਪਹਿਲਾਂ ਮੈਂ ਤੁਹਾਨੂੰ ਘਰ ਦਿਖਾਉਣਾ। ਇਹ ਦੇਖੋ ਜੀ, ਇਸ ਘਰ ਦੀ ਹਾਲਤ ਦੇਖੋ। ਸਾਰੇ ਪਾਸੋਂ ਟੁੱਟਿਆ ਹੋਇਆ ਘਰ ਹੈ, ਕੱਚਾ, ਕੱਚੀਆਂ ਕੰਧਾਂ ਨੇ, ਛੋਟੇ ਛੋਟੇ ਇੱਥੇ ਬੱਚੇ ਨੇ। ਕਿਸੇ ਵੇਲੇ ਵੀ ਘਰ ਇਹ ਡਿੱਗ ਸਕਦਾ। ਇਹ ਦੇਖੋ ਕਿੰਨੀ ਮਾੜੀ ਹਾਲਤ ਹੈ। ਇਹ ਇੱਕ ਨਿੱਕਾ ਜਿਹਾ ਕੋਠਾ ਹੈ, ਸਾਰੇ ਪਾਸੋਂ ਟੁੱਟਿਆ ਹੋਇਆ। ਇਹ ਦੇਖੋ ਇਸ ਪਾਸੇ ਛੱਤ ਵੀ ਡਿੱਗੀ ਹੋਈ ਹੈ ਇਸ ਘਰ ਦੀ। ਸੋ ਬਹੁਤ ਬੁਰੀ ਹਾਲਤ ਹੈ। ਮੈਂ ਗੱਲ ਕਰਾਉਣਾ ਮਾਤਾ ਜੀ। ਹਾਂਜੀ ਮਾਤਾ ਜੀ, ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਚਰਨਜੀਤ ਹੈ। ਚਰਨਜੀਤ ਕੌਰ? ਹਾਂਜੀ ਚਰਨ। ਤੇ ਤੁਹਾਡੇ ਘਰ ਵਾਲਾ ਉਹ ਹੈਗੇ ਨੇ? ਡੈਥ ਹੋ ਗਏ ਨੇ, ਉਹਨਾਂ ਦੀ ਡੈਥ ਹੋਈ ਵੀ ਹੈ। ਤੇ ਕਿੰਨੀ ਦੇਰ ਤੋਂ ਤੁਹਾਡੀ ਇਹ ਘਰ ਦੀ ਹਾਲਤ ਇਹੋ ਜੀ ਹੈ? ਐਵੇਂ ਹੋ ਗਏ ਨੇ, ਸਾਡੇ 10 ਸਾਲ ਤੋਂ ਹੋਈ ਗਏ ਨੇ। 10 ਸਾਲ ਤੋਂ ਇਹੋ ਜਿਹੇ ਘਰ ਚ ਰਹਿ ਰਹੇ ਹੋ? ਸਰਕਾਰ ਅੱਗੇ ਚੱਲ ਕੋਈ ਮਿੱਟੀ ਘੱਟਾ ਲਾ ਲੈਂਦੇ ਸੀ, ਜਿੰਨਾ ਡਿਗਨ ਕਰ ਉਹਨਾਂ ਨੂੰ ਮਿੱਟੀ ਘੱਟੀ ਵੀ ਛੱਡ ਦਿੱਤੀ। ਅੱਛਾ, ਤੇ ਤੁਸੀਂ ਸਰਕਾਰ ਨੂੰ ਕਦੇ ਕੋਈ ਕਿਹਾ? ਕਿਹਾ ਸੀ ਉਹਨਾਂ ਨੇ, ਅਗਰ ਜਲਦ ਉਹਨੂੰ ਲਿਆ ਦੇਣਾ, ਜਿੰਨਾ ਉਹਦਾ ਟਾਈਮ ਆਉਂਦਾ ਆਖੇ ਲਿਆ ਦੇਣਾ, ਜਿੰਨਾ ਵੋਟ ਲੈ ਕੇ ਚਲੇ ਜਾਂਦੇ ਨੇ, ਕੁਛ ਨਹੀਂ ਦਿੰਦੇ ਨੇ। ਪਿੰਡ ਦੇ ਸਰਪੰਚ ਨੂੰ ਨਹੀਂ ਕਿਹਾ ਤੁਸੀਂ? ਉਹ ਸਰਪੰਚ ਆਉਂਦਾ ਆਖੇ, ਉਹਨਾਂ ਦਿੰਦੇ ਹੀ ਕੋਈ ਨਹੀਂ ਸਾਨੂੰ। ਅੱਛਾ, ਪਿੰਡ ਦਾ ਸਰਪੰਚ ਕਹਿੰਦਾ ਕਿ ਮਿਲਦੇ ਨਹੀਂ? ਹਾਂ, ਉਹ ਆਂਦਾ ਸਾਨੂੰ ਕੋਈ ਆਵੇ ਘਰੋਂ ਤਾਂ ਅਸੀਂ ਦਵਾਂਗੇ ਉਹਨਾਂ ਨੂੰ। ਅੱਛਾ, ਪੈਨਸ਼ਨ ਵੀ ਨਹੀਂ ਮਿਲਦੀ? ਨਹੀਂ ਜੀ। ਕਿੰਨੀ ਦੇਰ ਹੋ ਗਈ? ਸਾਨੂੰ ਹੋ ਗਏ ਨੇ 5ਵੇਂ ਮਹੀਨੇ ਚ। ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਗੁਜ਼ਾਰਾ ਬਸ ਮਿਹਨਤ ਮਜ਼ਦੂਰ, ਕਿਸੇ ਦਿਹਾੜੀ ਚਲੇ ਜਾਵੀਦਾ, ਕਿਸੇ ਕੁਛ ਕਰ ਲਵੀਦਾ, ਕੁਛ ਕੁਛ ਕਰਕੇ ਬਸ ਦਿਹਾੜੀ ਮਿਹਨਤ ਕਰ ਲਵੀਦਾ। ਲਓ ਜੀ, ਤੁਸੀਂ ਦੇਖ ਸਕਦੇ ਹੋ ਇਹ ਸਾਡੇ ਪੰਜਾਬ ਦਾ ਵਿਕਾਸ ਹੈ। ਇਹ ਛੋਟੇ ਛੋਟੇ ਬੱਚੇ, ਮੈਂ ਇਹ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਸਾਡੇ ਜਿਹੜੇ ਲੀਡਰ ਲੋਕ ਨੇ ਕਿ ਇਸ ਘਰ ਵਿੱਚ ਆਪਦੇ ਬੱਚਿਆਂ ਨੂੰ, ਨਿੱਕੇ ਨਿੱਕੇ ਬੱਚਿਆਂ ਨੂੰ ਲਿਆ ਕੇ ਇੱਕ ਰਾਤ ਲਈ ਸੌਣ ਦਾ ਮੌਕਾ ਜ਼ਰੂਰ ਦੇਣ, ਤਾਂ ਕਿ ਉਹਨਾਂ ਦੀਆਂ ਅੱਖਾਂ ਖੁੱਲਣ ਕਿ ਕਿੰਨਾ ਕਿੰਨੇ ਖਤਰੇ ਵਿੱਚ ਇਹ ਬੱਚੇ ਸੌਂਦੇ ਨੇ। ਸੋ ਮੇਰੀ ਗੁਜ਼ਾਰਿਸ਼ ਹੈ ਆਮ ਜਨਤਾ ਨੂੰ ਵੀ ਕਿ ਇਹਨਾਂ ਸਰਕਾਰਾਂ ਨੂੰ ਬਦਲੋ, ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ, ਤਾਂ ਕਿ ਅਸੀਂ ਇਹ ਲੋਕਾਂ ਨੂੰ, ਇਹਨਾਂ ਲੋਕਾਂ ਨੂੰ ਵੀ ਇੱਥੇ ਜੀਣ ਦਾ ਹੱਕ ਹੈ ਤੇ ਇਹਨਾਂ ਨੂੰ ਵੀ ਮੌਕਾ ਮਿਲੇ ਜੀਣ ਦਾ। ਮਿਹਰਬਾਨੀ, ਸ਼ੁਕਰੀਆ।